ਸ੍ਰੀ ਅਕਾਲ ਸਾਰੇ ਵੀਰਾਂ ਭਰਾਵਾਂ ਨੂੰ ਉਮੀਦ ਕਰਦਾ ਸਾਰੇ ਵੀਰ ਭਰਾ ਠੀਕ ਹੋਣਗੇ ਸਾਡੇ ਚੈਨਲ ਤੇ ਸਵਾਗਤ ਕਰਦੇ ਆ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਕਰਦੇ ਆ ਉਮੀਦ ਕਰਦਾ ਅੱਜ ਦਾ ਦਿਨ ਸਾਰਿਆਂ ਦਾ ਚੰਗਾ ਲੰਘੇ ਇਹੀ ਅਰਦਾਸ ਕਰਦੇ ਆ ਉਸ ਪਰਮਾਤਮਾ ਅੱਗੇ ਕਿ ਸਾਰੇ ਖਿਡਾਰੀ ਵਧੀਆ ਜਾਣ ਜਿੱਦਾਂ ਅੱਜ ਖੇਡਣਗੇ ਸਾਰੇ ਖਿਡਾਰੀ ਰਾਤ ਨੂੰ ਵੀ ਉਦਾਂ ਹੀ ਵਧੀਆ ਤੰਦਰੁਸਤ ਹੱਸਦੇ ਵਸਦੇ ਜਾਣ ਗੱਲ ਕਰੀਏ ਹੁਣ ਆਪਾਂ ਮੈਚਾਂ ਦੀ ਅੱਜ ਵੱਡੇ ਮੈਚ ਆ ਕਿੱਥੇ ਕਿੱਥੇ ਮੈਚ ਆ ਅੱਜ ਮੇਜਰ ਲੀਗ ਦਾ ਵੀ ਵੱਡਾ ਕੱਪ ਆ ਪਹਿਲੇ ਕੱਪ ਦੀ ਗੱਲ ਕਰੀਏ ਤਾਂ ਗਗੜੇ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ ਜੋ ਹੈ ਵੱਡਾ ਟੂਰਨਾਮੈਂਟ ਓਪਨ ਦਾ ਹੋਣ ਜਾ ਰਿਹਾ ਤਿੰਨ ਖਿਡਾਰੀ ਬਾਹਰੋਂ ਰੱਖੇ ਗਏ ਆ ਓਪਨ ਦੀਆਂ ਸੱਦੀਆਂ ਹੋਈਆਂ ਵਧੀਆ ਟੀਮਾਂ ਇੱਥੇ ਪਹੁੰਚ ਰਹੀਆਂ ਮਾਝੇ ਤੋਂ ਵੀ ਇੱਕ ਦੋ ਟੀਮਾਂ ਆ ਰਹੀਆਂ ਤੇ ਗਗੜੇ ਵਾਲਾ ਬਿੱਲਾ ਵੀ ਕਬੱਡੀ ਦਾ ਟੌਪ ਦਾ ਖਿਡਾਰੀ ਆ ਤੁਹਾਨੂੰ ਵੀ ਪਤਾ ਉਹ ਵੀ ਜੋ ਹੈ ਪਿੰਡ ਦੀ ਵਧੀਆ ਟੀਮ ਬਣਾ ਰਿਹਾ ਅਰਸ਼ ਵਰਨਾਲੇ ਹੁਣੀ ਇੱਥੇ ਵੱਡੇ ਸਟਾਰ ਮਾਲਵੇ ਵਾਲੇ ਵੀ ਪਹੁੰਚ ਰਹੇ ਆ ਅੱਖ 75 ਇਨਾਮ ਬੈਸਟਾਂ ਨੂੰ 21,000 ਪੰਜਾਬ ਲਾਈਵ 1.com ਪੰਜਾਬ ਦੀ ਮੰਨੀ ਪ੍ਰਮੰਨੀ ਇਹ ਵੀ ਵੈਬਸਾਈਟ ਆ ਵਧੀਆ ਜੋ ਹੈ ਲਾਈਵ ਚੱਲਦਾ ਹੁੰਦਾ ਇਹ ਤੇ ਜੋ ਹੈ ਲਾਈਵ ਚੱਲੇਗਾ ਇਸ ਤੋਂ ਅੱਗੇ ਐਮਐਲਕੇ ਦਾ ਜੜਾਮ ਦੇ ਵਿੱਚ ਅੱਜ ਜਿੱਥੇ ਕਿ ਸੁਪਰ ਸਟਾਰ ਪਲੇਅਰਾਂ ਨੇ ਖੇਡਣਾ ਇਸ ਕੱਪ ਤੇ ਵੀ ਵੱਡੇ ਵੱਡੇ ਖਿਡਾਰੀ ਤਾਂ ਖੇਡਣਗੇ ਹੀ ਐਮਐਲਕੇ ਦੇ ਵਿੱਚ ਸ਼ਾਹਕੋਟ ਲਾਇਨਸ ਦੀ ਵੱਡੀ ਟੀਮ ਤਿਆਰ ਆ ਤੁਹਾਨੂੰ ਵੀ ਪਤਾ ਵੱਡੇ ਪਲੇਅਰ ਖੇਡਦੇ ਆ ਸ਼ਾਹਕੋਟ ਲਾਇਨਸ ਦੇ ਵਿੱਚ ਅਤੇ ਉੱਥੇ ਜੋ ਹੈ ਵੱਡੀਆਂ ਵੱਡੀਆਂ ਟੀਮਾਂ ਬਿਓ ਪਲੈਂਟੀ ਵਰਗੀਆਂ ਐਨਆਰਈ ਨਕੋਦਰ ਵੀ ਇੱਥੇ ਜੋ ਹੈ ਜੜਾਮ ਦੇ ਵਿੱਚ ਪਹੁੰਚ ਰਹੀ ਹੈ 2.5 ਲੱਖ ਦੂਜਾ ਇਨਾਮ 2 ਲੱਖ ਬੈਸਟਾਂ ਨੂੰ 51,000 ਵੱਡੇ ਵੱਡੇ ਸਟਾਰ ਜੋ ਖੇਡਦੇ ਆ ਮਿਲ ਕੇ ਜੋ ਸਾਰੇ ਪਲੇਅਰ ਖੇਡਣ ਜਾ ਰਹੇ ਆ ਚੀਲੂ ਵੀ ਹੋ ਸਕਦਾ ਇਸ ਕੱਪ ਤੇ ਪਹੁੰਚੇ ਵੱਡੀ ਟੀਮ ਲੈ ਕੇ ਆਪਣੀ ਜੋ ਹੈ ਬਿਓ ਪਲੈਂਟੀ ਦੀ ਟੀਮ ਦੇ ਵਿੱਚ ਉਹ ਵੀ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਬਾਕੀ ਜੋ ਹੈ ਸਾਨੂੰ ਕੋਈ ਅਪਡੇਟ ਨਹੀਂ ਮਿਲ ਰਹੀ ਕਿਉਂਕਿ ਬਹੁਤ ਜਲਦੀ ਅਸੀਂ ਵੀਡੀਓ ਪਾਉਣੀ ਆ ਪਲੇਅਰਾਂ ਦਾ ਜੋ ਹੈ ਬਾਅਦ ਦੇ ਵਿੱਚ ਪਤਾ ਲੱਗਦਾ ਹੁੰਦਾ ਜੇ ਸ਼ੀਲੂ ਦਾ ਕਿਉਂਕਿ ਬਾਅਦ ਦੇ ਵਿੱਚ ਪਤਾ ਲੱਗ ਹੀ ਜਾਣਾ ਉਹ ਕਮੈਂਟ ਬਾਕਸ ਦੇ ਵਿੱਚ 1-2 ਘੰਟੇ ਬਾਅਦ ਜੋ ਹੈ ਜ਼ਰੂਰ ਕੋਸ਼ਿਸ਼ ਕਰਾਂਗੇ ਦੱਸਣ ਦੀ ਬਸ ਮੈਚ 2-3 ਵਜੇ ਸਟਾਰਟ ਹੁੰਦੇ ਆ ਇਦੋਂ ਪਹਿਲਾਂ ਤਾਂ ਪਲੇਅਰ ਘਰ ਹੀ ਹੁੰਦਾ ਤਾਂ ਕਰਕੇ ਉਦੋਂ ਨਹੀਂ ਪਤਾ ਲੱਗਦਾ ਮੈਚ ਵੀ ਕਿਉਂਕਿ ਵੀਡੀਓ ਵੀ ਅਸੀਂ ਤਾਂ 1 ਦਿਨ ਪਹਿਲਾਂ ਬਣਾਉਣੇ ਹੁੰਦੇ ਆ ਤਾਂ ਕਰਕੇ ਬਾਕੀ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਨਵੇਂ ਆਏ ਹੋ ਚੈਨਲ ਤੇ ਜ਼ਰੂਰ ਜੋ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਕਿਉਂਕਿ ਜਿਹੜੇ ਵੀਰ ਨਵੇਂ ਆਉਂਦੇ ਆ ਲਾਲ ਕਲਰ ਨੀਚੇ ਘੰਟੀ ਵਾਲਾ ਬਟਨ ਨਹੀਂ ਨੱਪਿਆ ਹੁੰਦਾ ਸਾਰੇ ਵੀਰ ਭਰਾ ਕਰ ਦਿਓ ਤੇ ਵੀਡੀਓ ਨੂੰ ਵੀ ਸਾਰੇ ਲਾਈਕ ਕਰਕੇ ਜਾਇਆ ਕਰੋ ਧੰਨਵਾਦ।